ਲੱਡੂ ਲੱਡੂ ਤੈਨੂੰ ਕਿੰਨੀ ਵਾਰੀ ਕਿਹਾ ਸਿੱਧਾ ਨਾਲ ਆ ਲਤੀਫ ਲਤੀਫ ਓਏ 15 ਤੇ ਫੋਨ ਕਰੀ ਅੱਗ ਲੱਗ ਗਈ ਦੇਖ ਚ ਇਹ 30 ਦੇਗਾ ਇਸੇ ਤਰ੍ਹਾਂ ਦੀਆਂ ਪਕਾਉਣੀਆਂ ਤੂੰ ਮੈਨੂੰ ਇਹ ਦੱਸ ਦੇ ਉਹ ਮੈਂ ਤੈਨੂੰ ਕਹਿਣ ਦਿਆ 30 ਦੇਗਾ ਪਕਾਉਣੀਆਂ ਹਲੇ ਤੂੰ ਦੇਖ ਇੱਕ ਨੂੰ ਹਲੇ ਸ਼ੁਰੂ ਹੋਇਆ ਵਾ ਸ਼ੇਖ ਸਾਹਿਬ ਦਾ ਫੋਨ ਆਈ ਜਾਣ ਦੇ ਆਰਡਰ ਹਾਂ ਕੰਮ ਨਾ ਤੂੰ ਸਿਰਫ ਮੈਨੂੰ ਦੂਰ ਕਰਨ ਦੇ ਲਈ ਕਰਨਾ ਵਾ ਹੋਰ ਤੈਨੂੰ ਕੋਈ ਉੱਤੇ ਚੜ ਜਾ ਉੱਤੇ ਚੜ ਜਾ ਠਹਿਰ ਜਾ ਇੱਕ ਮਿੰਟ ਮੇਰੀ ਗੱਲ ਸੁਣ ਲੈ ਅੱਜ ਮੈਨੂੰ ਉਹ ਚਿੜੀ ਵਾਲੀ ਕਹਾਣੀ ਯਾਦ ਆ ਗਈ ਚੂ ਚੂ ਜਿਹੜੀ ਗੱਲ ਸੀ ਅੱਛਾ ਮੇਰੀ ਗੱਲ ਸੁਣ ਉਹ ਸਮਾਨ ਜਿਹੜਾ ਨਾ ਲਿਖਾਉਣਾ ਵਾ ਇੱਥੋਂ ਦਾ ਵੀ ਲੈ ਵੀ ਤੇ ਨਾਲੇ ਘਰ ਦਾ ਸਮਾਨ ਵੀ ਜਿਹੜਾ ਨਾ ਉਹ ਲੱਗੇ ਨੇ ਮਿਸਤਰੀ ਲੱਕੜੀ ਦਾ ਕੰਮ ਕਰਨ ਦੇ ਆਹੋ ਕਿਲੋ ਘਿਓ ਲਿਆਉਣਾ ਵਾ ਹਾਂ 1 ਕਿਲੋ ਦਾ ਡੱਬਾ ਠੀਕ ਆ ਤੇ ਨਾਲ ਲੈ ਵੀ ਕਰਨਲ ਦੇ ਚੌਲ ਤੇ ਮੋਚੀ ਕਿੱਲ ਯਾਰ ਤੈਨੂੰ ਕਿਲੋ ਘਿਓ ਕਿਆ ਉਹ ਨਾ ਖਲਾ ਨਾ ਦਾ ਕੀ ਕਰਨ ਡਿਆ ਵਾ ਕੀ ਹੋਇਆ ਉਹ ਗਰਾਊਂਡ ਫਲੋਰ ਤੇ ਸਾਰਾ ਤੂੰ ਸਬਜ਼ੀ ਕੱਟੀ ਜਾਣ ਡਿਆ ਵਾ ਲੈ ਆਪਣੇ ਵਾਲੋ ਕਸਮ ਵਾਲੀ ਗੱਲ ਮੈਂ ਪਰਾਤ 'ਚ ਪਾਏ ਆ ਹੁਣ ਥੱਲੇ ਆ ਗਏ ਇਹਦੇ 'ਚ ਮੇਰਾ ਕਸੂਰ ਉਹ ਜਿਹੜੀ ਉਹਨਾਂ ਦੀ ਪਰਾਤ ਆਈ ਹੈ ਨਾ ਉਹਦਾ ਕੋਈ ਹਿਸਾਬ ਲਾ ਨਾ ਥੱਲੇ ਕਚਰੇ ਵਾਲਾ ਨਹੀਂ ਖਾਣਾ ਇਹਨੂੰ ਉੱਤੇ ਰੱਖ ਮਰੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਉਹ ਨਾਲੇ ਮੈਨੂੰ ਇੱਕ ਗੱਲ ਦੱਸ ਹਾਂ ਉਹ ਦੇਖ ਤੂੰ ਮਿੱਠੀ ਪਕਾਉਣ ਡਿਆ ਓਏ ਆ ਪਿਆਜ਼ ਕਾਹਦੇ ਲਈ ਕੱਟੀ ਜਾਣ ਡਿਆ ਵਾ ਮੈਂ ਕੁੱਤੇ ਤਰ੍ਹਾਂ ਤੁਹਾਨੂੰ ਭੌਂਕਿਆ ਸੀ ਕਿ ਫਾਲਤੂ ਛਾਵਾਂ ਚੁੱਕ ਲਵੋ ਇੱਥੋਂ ਤੇਰਾ ਭਰਾ ਨਿੱਕਾ ਆਇਆ ਸੀ ਉਹ ਵੀ ਫਾਲਤੂ ਸੀ ਉਹਨੂੰ ਮੈਂ ਚੁੱਕ ਕੇ ਬਾਹਰ ਸੁੱਟ ਦਿੱਤਾ ਸੀ ਮੈਂ ਘਰ ਭੇਜ ਨਹੀਂ ਦਿੱਤਾ ਘਰ ਭੇਜ ਦਿੱਤਾ ਵਾ ਹੁਣ ਮੈਂ ਅਗਲਾ ਸਮਾਨ ਲਿਖ ਲੈ ਸ਼ਾਮਾਂ ਜ਼ਾਇਆ ਨਹੀਂ ਕਰੀਦੀਆਂ ਨਹੀਂ ਨਹੀਂ ਤੂੰ ਜ਼ਾਇਆ ਕਰਨ ਕਦੋਂ ਡਿਆ ਵਾ ਮਾਸ਼ਾਅੱਲਾ ਆ ਥੱਲਿਓ ਰਲ ਕੇ ਸਾਰਾ ਕੁਝ ਵਿੱਚ ਜਾ ਰਿਹਾ ਵਾ ਖੈਰ ਖੈਰ ਉਹ ਲੱਡੂ ਲਤੀਫ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਸਿੱਧਾ ਨਾ ਲਿਆ ਕਰ ਮੇਰਾ ਉਹ ਤੂੰ ਮੇਰਾ ਮੇਰਾ ਕਾਰੀਗਰ ਆ ਮੇਰਾ ਕਾਰੀਗਰ ਮੈਂ ਤੈਨੂੰ ਜੋ ਮਰਜ਼ੀ ਕਵਾਂ ਕਾਰੀਗਰ ਆ ਅੱਛਾ ਆ ਦੇਖ ਤੇਰੇ ਘਰ ਜਾਣੀ ਹੈ ਨਾ ਓਏ ਸ਼ੇਖ ਸਾਹਿਬ ਦੇ ਘਰ ਜਾਣੀ ਆ ਤੇਰੇ ਘਰ ਹੀ ਜਾਣੀ ਆ ਆਹੋ ਯਾਰ ਕੀ ਕੀਤਾ ਤੂੰ ਮੈਂ ਇੰਜ ਕੀਤਾ ਜੇ ਚਾਹੀਦੀ ਆ ਤਾਂ ਠੀਕ ਆ ਨਹੀਂ ਤਾਂ ਕਿਉਂ ਹੀ ਸਾਰਾ ਲਹੂ ਵਰਗਾ ਕਰ ਦਿੱਤਾ ਉਹ ਇੱਕ ਤੇ ਉੱਤੇ ਚੜ ਕੇ ਦੇਖ ਪਕਾਉਣਾ ਵਾ ਤੂੰ ਕਿਹੜਾ ਖਿਡਾਰੀ ਥੱਲੇ ਦੱਸ ਅਸਮਾਨ ਅਗਲਾ ਲਿਖ ਲਿਖਾ ਮੈਨੂੰ ਪਹਿਲੇ ਦੇਗਾਂ ਦਾ ਸਮਾਨ ਪੂਰਾ ਲਿਖਾ ਦੇ ਦੇਗਾਂ ਦਾ ਲਿਖ ਹਾਂ ਲਿਖ ਲਿਆ ਘਿਓ ਕਿੰਨਾ 5 ਕਿਲੋ ਘਿਓ 5 ਕਿਲੋ 5 ਕਿਲੋ ਪੰਜ ਦੇਗਾਂ ਨੂੰ 5 ਕਿਲੋ ਘਿਓ ਲਿਖ ਦੂੰ ਥੋੜ ਜਾਣਾ ਹੀ 5 ਕਿਲੋ ਘਿਓ 5 ਕਿਲੋ ਘਿਓ 2 ਕਿਲੋ ਪਟੀਨ ਦੋ ਉਹ ਮੇਰੇ ਜ਼ਿਹਨ ਚ ਉਹ ਵੀ ਫਸ ਗਿਆ ਨਾ ਯਾਰ ਉਹ ਘਰ ਦਾ ਸਮਾਨ ਵੀ ਉਹ ਲਿਖੀ ਜਾ ਨਾਲ ਮਿਸਤਰੀਆਂ ਦਾ ਵੀ ਅੱਛਾ 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 ਮਿਸਤਰੀਆਂ ਦਾ ਅੱਛਾ 500 ਰੁਪਏ ਦਾ ਗਰਮ ਮਸਾਲਾ ਗਰਮ ਮਸਾਲਾ ਤੇ 1.5 ਕਿਲੋ ਚੂਨਾ ਉਹ ਤੂੰ ਲਿਖ ਆ ਮੈਂ ਜੂ ਕਹਿਣ ਡਿਆ ਵਾਂ ਟੋਟਾ ਚੌਲ ਲਿਖ ਲੈਣੇ ਆ ਟੋਟਾ ਚੌਲ ਇਹ ਭਲਾ ਕਿੰਨੇ ਅੱਧੀ ਬੋਰੀ ਟੋਟਾ ਚੌਲਾਂ ਦੀ 20 ਕਿਲੋ ਹਾਂਜੀ ਹਾਂ ਤੇ 1 ਕਿਲੋ 1.5 ਇੰਚ ਕਿੱਲ ਮਹਿਮਾਨਾਂ ਨੂੰ ਠੋਕ ਠੋਕ ਕੇ ਖਵਾਣੇ ਆ ਮੈਂ ਤੈਨੂੰ ਜੋ ਕਹਿਣ ਡਿਆ ਸਿਰਫ ਉਹਨਾਂ ਲਿਖ 1.5 ਇੰਚ ਦੇ ਕਿੱਲ ਹਾਂਜੀ ਟਮਾਟਰ ਲਿਖ ਲੈ ਟਮਾਟਰ ਲਿਖ ਲਿਆ ਟਮਾਟਰ ਲਿਖ ਕੇ ਟਮਾਟਰ ਕਿੰਨੇ ਟਮਾਟਰ ਲਿਖ ਲੈ ਤੂੰ 5 ਕਿਲੋ ਟਮਾਟਰ ਲਿਖ ਲੈ ਕਹਿੰਦਾ 6 ਕਿਲੋ ਕਰ ਲੈ ਕਿ ਲੋਕ ਘਰ ਵੀ ਚਲੇ ਜਾਣਗੇ ਤੇਰੀ ਭਰਜਾਈ ਦਵਾਵਾਂ ਦਊਗੀ ਮੈਨੂੰ ਤੇਰੇ ਘਰ ਦਾ ਪਤਾ ਮੈਂ ਆਪਦੇ ਆਵਾਂਗਾ 5 ਕਿਲੋ ਟਮਾਟਰ ਲਿਖ ਹਾਂ 1 ਕਿਲੋ ਦਾ ਡੱਬਾ ਵੀ ਲਿਖ ਲੈ ਗਿਲੂ ਦਾ ਹਾਂ ਗਿਲੂ ਦਾ ਡੱਬਾ ਮੈਂ ਲੱਡੂ ਲਤੀਫ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਮੇਰਾ ਸਿੱਧਾ ਨਾਂ ਲਿਆ ਕਰ ਸਿੱਧਾ ਨਾਂ ਲਿਆ ਕਰ ਤੀਫਾ ਅੱਛਾ ਤੀਫਾ ਅੱਗੇ ਲਿਖ ਲੈ ਲਤੀਫ ਕਿਹਾ ਕਰ ਸਿੱਧਾ ਨਾਂ ਲਿਆ ਕਰ ਲਤੀਫ ਅੱਗੇ ਲਿਖ ਲੈ ਮੇਰਾ ਵੀਰ ਅੱਗੇ ਲਿਖ ਲਿਆ ਅੱਗੇ ਲਿਖ ਲੈ ਹਾਂ ਲਿਖਿਆ ਅੱਗੇ ਲਿਖ ਲੈ ਦੇਸੀ ਲਸਣ ਲਿਖ ਦੇਸੀ ਲਸਣ ਦੇਸੀ ਲਸਣ ਲਿਖ ਤੇ ਰੰਗ ਕਰਨ ਵਾਲੀਆਂ ਕੂਚੀਆਂ ਅੱਛਾ ਅੱਛਾ ਹਾਂ ਉਹ ਨਾਲ ਹੀ ਹੈ ਨਾ ਇਹ ਸਮਾਨ ਲਿਖ ਕੇ ਨਾ ਇੱਥੇ ਫਟਾਫਟ ਲੈ ਕੇ ਆ ਮੈਂ ਨਾ ਬੈਠਾ ਵਾਂ ਤੇ ਜੇ ਕੋਈ ਗਾਹਕ ਆਉਂਦਾ ਮੈਨੂੰ ਆਵਾਜ਼ ਦੇ ਲਈ ਨਾਲੇ ਆ ਫੜਾ ਦੇ ਉਰਾ ਇਹ ਰੰਗ ਕਾਹਦੇ ਨੂੰ ਹੁੰਦਾ ਰੇਜ਼ਰ ਰਾਹ ਨੂੰ ਹਾਂ ਹਾਂ ਚੱਲ ਠੀਕ ਓ ਤੀਫਿਆ ਦਾਰ ਚੀਨੀ ਤੇ ਲਿਖ ਦਿੱਤੀ ਓ ਲੇਖਮਾਰ ਤੇਰੇ ਪਿਓ ਨੇ ਲਿਖਣਾ ਸੀ ਕੰਮ ਉਸੇ ਤਰ੍ਹਾਂ ਅੱਧਾ ਛੱਡ ਕੇ ਚਲਾ ਜਾਂਦਾ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਜੀ ਕੀ ਹਾਲ ਨੇ ਭਾਈ ਜਾਨ ਠੀਕ ਠਾਕ ਹੋ ਹੋਰ ਭਾਈ ਜਾਨ ਕੀ ਹਾਲ ਚਾਲ ਨੇ ਠੀਕ ਠਾਕ ਜੀ ਮੈਂ ਭਾਈ ਜਾਨ ਠੀਕ
ਗਰਮੀ ਆ ਨਾ ਥੋੜੀ ਜੀ ਬਸ ਇਸ ਵਜ੍ਹਾ ਤੋਂ ਮੁੰਡੇ ਇੱਕ ਹੋਰ ਬਾਲਣ ਲਾ ਦੇ ਥੋੜਾ ਜਿਹਾ ਮਾੜੇ ਨਾ ਅੱਛਾ ਖਾਣਾ ਤਿਆਰ ਕਰਵਾਉਣਾ ਸੀ ਅੱਛਾ ਜੀ ਸਰ ਖਾਣਾ ਤਿਆਰ ਹੋ ਜਾਂਦਾ ਸਰ ਕੀ ਤਿਆਰ ਕਰਵਾਉਣਾ ਚਾਹੁੰਦੇ ਤੁਸੀਂ 800 ਬੰਦੇ ਦਾ ਖਾਣਾ ਤਿਆਰ ਕਰਵਾਉਣਾ 800 ਬੰਦੇ ਦਾ ਖਾਣਾ ਅੱਛਾ ਜੀ ਠੀਕ ਹੈ ਤੁਸੀਂ ਹੁਕਮ ਕਰੋ ਸਰ ਆਰਡਰ ਲਿਖਾਓ ਆਪਣਾ ਅਸੀਂ ਇਨਸ਼ਾਅੱਲਾ ਤੁਹਾਨੂੰ ਇੱਕ ਦਿਨ ਦੇ ਵਿੱਚ ਹੀ ਮਿਲ ਜਾਏਗਾ ਅੱਛਾ ਇਸ ਤਰ੍ਹਾਂ ਕਿ ਪੈਸਿਆਂ ਦਾ ਮਸਲਾ ਕੋਈ ਨਹੀਂ ਜੀ ਜੀ ਮੇਰੇ ਜਿਹੜੇ ਗੈਸਟ ਨੇ ਬਹੁਤ ਵੱਡੇ ਗੈਸਟ ਆ ਰਹੇ ਨੇ ਮਹਿਮਾਨ ਮੇਰੇ ਅੱਛਾ ਜੀ ਮਾਸ਼ਾਅੱਲਾ ਤੇ ਕੰਪਲੇਨ ਨਾ ਆਵੇ ਪੈਸੇ ਤੇ ਕੋਈ ਪ੍ਰੋਬਲਮ ਨਹੀਂ ਗੋਸ਼ਤ ਜਿਹੜਾ ਬਿੱਲੀ ਪਾ ਦਈਏ ਵਿੱਚ ਬਚਤ ਹੋ ਜਾਊਗੀ ਆ ਬੜੀ ਬੜੀ ਮੁਸ਼ਕਲ ਪੜੀ ਹੋ ਬਿੱਲੀ ਕਸਟਮਰ ਬੈਠਾ ਵਾ ਮੇਰੇ ਲੋ ਉਧਰ ਕੁੱਤਾ ਪਾ ਦੇ ਪਰ ਹੁਣ ਚਲਾ ਜਾ ਕਿਤੇ ਮੈਂ ਬਿੱਲੀ ਪਾਣ ਲੱਗਈ ਵਿੱਚ ਕੀ ਕਹਿ ਰਿਹਾ ਜੀ ਇਹ ਲੜਕਾ ਤੁਹਾਡਾ ਉਹ ਬਿੱਲੀ ਫੜੀ ਆ ਉਹ ਕਹਿੰਦਾ ਵੀ ਬੜੀ ਮੁਸ਼ਕਲ ਪੜੀ ਦੁੱਧ ਪੀ ਜਾਂਦੀ ਸੀ ਜੀ ਜੀ ਤੁਸੀਂ ਹੁਕਮ ਕਰੋ ਭਾਜੀ ਅੱਛਾ ਭਾਈ ਜਾਨ ਪੈਸੇ ਤੁਹਾਡੀ ਮਰਜ਼ੀ ਤੇ ਜੀ ਜੀ ਟੇਸਟ ਸਾਡੀ ਮਰਜ਼ੀ ਦਾ ਹੋਣਾ ਚਾਹੀਦਾ ਮੁਸ਼ਕਲ ਆ ਜੀ ਮੇਰਾ ਮਤਲਬ ਇਹ ਵਾ ਕਿ ਜਿੱਦਾਂ ਤੁਸੀਂ ਕਹੋਗੇ ਜੋ ਤੁਸੀਂ ਬਣਾਓ ਬਣਾਉਣਾ ਚਾਹੋ ਉੱਥੇ ਇਨਸ਼ਾਅੱਲਾ ਮੇਰੇ ਕੋਲ ਨਾ ਜ਼ੁਰਦੇ ਵਿੱਚ ਲੂਣ ਪੈ ਗਿਆ ਕਿਹਦੇ ਚ ਜ਼ੁਰਦੇ ਚ ਉਹ ਤੇਰੇ ਕੋਲ ਜ਼ੁਰਦੇ ਚ ਕੇ ਮੁਰਦੇ ਚ ਲੂਣ ਪੈ ਗਿਆ ਖੁਦਾ ਦੇ ਬੰਦਿਆ ਕਸਟਮਰ ਬੈਠਾ ਮੇਰੇ ਕੋਲ ਤੂੰ ਕਿਤੇ ਡਹਾ ਜਾ ਮੇਰੇ ਕੋਲੋਂ ਜਾ 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 ਅੱਛਾ ਤੁਹਾਨੂੰ ਪਸੀਨਾ ਆ ਰਿਹਾ ਵਾ ਗਰਮੀ ਦੀ ਵਜ੍ਹਾ ਨਾਲ ਹੀ ਹੈ ਨਾ ਕੋਈ ਨਹੀਂ ਮੈਂ ਪਾਣੀ ਮੰਗਾਣਾ ਹੈਦਰ ਹੈਦਰ ਪਾਣੀ ਲੈ ਕੇ ਮੇਰੇ ਪੁੱਤਰ ਜਲਦੀ ਆਦਰਾ ਭਾਜੀ ਹੁਣ ਪਾਣੀ ਦਿਓ ਪਾਣੀ ਪੀਓ ਥੈਂਕ ਯੂ ਇਹਦਾ ਤਾਂ ਤਕੱਲਫ ਹੀ ਕੀਤਾ ਤੁਸੀਂ ਨਹੀਂ 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 ਜੀ ਤੁਸੀਂ ਇਹ ਰਹਿਮਤ ਹੁੰਦੀ ਹੈ ਗਾਹਕ ਨਾ ਮਾਸ਼ਾਅੱਲਾ ਵੇਖੋ ਤੁਸੀਂ ਆਰਡਰ ਲੈ ਕੇ ਸਾਡੇ ਲਈ ਵੀ ਤੁਸੀਂ ਰਿਸਕ ਲੈ ਕੇ ਆਏ ਹੋ ਸਾਡੇ ਬੂਹੇ ਤੇ ਅੱਛਾ ਕੀ ਕੀ ਤਿਆਰ ਕਰਨਾ ਪਤੇ ਇੱਕਦਾ ਮਾੜਾ ਜਿਹਾ ਧਿਆਨ ਰੱਖੀ ਹੋਣਾ ਬਾਹਰ ਕੁੱਜੀਆਂ ਟੁੱਟੀਆਂ ਵੱਡੀ ਦੀਆਂ ਮੈਂ ਉਹ ਲੈ ਕੇ ਆਇਆ ਤਰਾ ਇਹ ਬੰਦਾ ਬਾਰ ਬਾਰ ਆ ਜਾ ਰਿਹਾ ਕੀ ਕਹਿ ਰਿਹਾ ਤੁਹਾਡੇ ਕੰਨ 'ਚ ਕੁਛ ਕਹਿ ਕੇ ਜਾਂਦਾ ਇਹ ਨਾ ਅਸਲ ਦੇ ਵਿੱਚ ਕਾਰੀਗਰ ਆ ਤੇ ਅਸੀਂ ਕਿਉਂਕਿ ਕੰਮ ਜਿਹੜਾ ਥੋੜਾ ਜਿਹਾ ਅੱਛੇ ਲੈਵਲ ਦਾ ਕਰੀਦਾ ਇੱਕ ਇੱਕ ਮਿੰਟ ਤੇ ਸਾਨੂੰ ਰਿਪੋਰਟ ਮਿਲਦੀ ਰਹਿੰਦੀ ਐ ਮੈਂ ਰਿਪੋਰਟ ਲਿਖਦਾ ਰਹਿਣਾ ਉਹ ਜ਼ਾਇਕੇ ਦੇ ਬਾਰੇ ਦੇ ਵਿੱਚ ਅੱਛਾ ਤੁਸੀਂ ਕੀ ਕੀ ਬਣਾ ਲੈਂਦੇ ਹੋ ਸਰ ਮੈਂ ਬਣਾ ਲੈਣਾ ਵਾ ਤੁਸੀਂ ਡਿਸ਼ਾਂ ਦੇ ਨਾਂ ਸੁਣ ਲਓ ਤੁਹਾਨੂੰ ਜਿਹੜੀ ਪਸੰਦ ਆਏਗੀ ਚਿਕਨ ਕੋਰਮਾ ਚਿਕਨ ਬਰੀਆਨੀ ਆਪਣਾ ਚਿਕਨ ਬਟਰਫਲਾਈ ਉਸ ਤੋਂ ਬਾਅਦ ਪਲਾਓ ਜੈਲ ਫਰੇਜ਼ੀ ਚਿਕਨ ਜਿੰਜਰ ਚਿਕਨ ਟਿੱਕਾ ਕਬਾਬ ਬਣਾ ਲੈਣੇ ਜੀ ਮਲਾਈ ਬੋਟੀ ਬਣਾ ਲੈਣੇ ਉਹ ਕੀਮੇ ਦੇ ਵਿੱਚ ਮੇਰੇ ਕੋਲ ਚੂਹਾ ਡੇਗੀ ਚੂਹਾ ਕਿਸੇ ਕਾ ਨਾ ਹੋਆ ਬੇਟੇ ਰਹਿਣ ਦੇ ਇੱਥੇ ਜਾ ਤੂੰ ਨਿਕਲ ਜਾ ਅੱਛਾ ਚਿਕਨ ਸਟੀਮ ਜੀ ਰੋਸਟ ਚਿਕਨ ਰੋਸਟ ਸਰ ਤੁਸੀਂ ਉਹਨਾਂ ਨਾਲ ਉਹ ਕੰਮ ਕਰ ਰਹੇ ਨੇ ਨਾ ਕੰਮ ਕਰ ਰਹੇ ਤੁਹਾਡਾ ਕੀ ਨਾਮ ਕੀ ਹੈ ਤੁਹਾਡਾ ਸਰ ਮੇਰਾ ਨਾਮ ਸ਼ਾਹਦ ਆ ਐਸ ਪਕਵਾਨ ਸੈਂਟਰ ਦਾ ਨਾਮ ਮੋਬਾਈਲ ਪਕਵਾਨ ਸੈਂਟਰ ਆ ਸਰ ਅੱਛਾ ਤੇ ਜਿਹੜਾ ਬੱਚਾ ਸੀ ਤੁਹਾਡਾ ਕੁੱਦੂ ਟੈਪ ਜੀ ਜੀ ਤੁਸੀਂ ਤਮੀਜ਼ ਨਹੀਂ ਸਿਖਾਈ ਉਸ ਆ ਬੋਤਲ ਪੀ ਗਿਆ ਤੇ ਹੁਣ ਮੈਂ ਕਿੱਦਾਂ ਪੀਵਾਂ ਬੋਤਲ ਉਹ ਸਾਰੇ ਕਿਹੜੀ ਗੱਲ ਆ ਵੇਖੋ ਇਹ ਐਦਾਂ ਪੀ ਲਓ ਆ ਲੈ ਉਹ ਮਾਰੇ ਮੁੰਡੇ ਕਹਿੰਦੇ ਮੈਂ ਰੇੜਾ ਖੇਡਣਾ ਉਹ ਟਾਇਰ ਨਹੀਂ ਖੇਡਦੇ ਜਿਹੜੇ ਹਾਂ ਹਾਂ ਉਹਨਾਂ ਨੂੰ ਦੇ ਦਾਂ ਤੈਨੂੰ ਦੇ ਗਾਉਂ ਖੇਡਦੇ ਰਹਿਣਗੇ ਫਿਰ ਵਾਪਸ ਕਰ ਜਾਵਾਂਗੇ ਤੇਰਾ ਤਾਇਆ ਕੁੱਬਾ ਹੋ ਗਿਆ ਸੀ ਨਾ ਉਹਨੂੰ ਛੋਟੀ ਨਾਲ ਐ ਕਰੀ ਜਾਵੇ ਉਹ ਵੀ ਰੇੜਾ ਹੀ ਆ ਨਿਕਲ ਜਾ ਮੇਰਾ ਪੁੱਤਰ ਜਾ ਕੇ ਉੱਥੇ ਪਹਿਲਾਂ ਕੰਮ ਕਰ ਲੈ ਉਹ ਗੱਲ ਸੁਣ ਕੁੱਦੂ ਟੈਪ ਹਾਂ ਖਿੱਚ ਲੈ ਦੇ ਵਿੱਚ ਹੈ ਬੋਤਲ ਭੋਰਾ ਕਰ ਗਈ ਆ ਕਿੱਡੀ ਮਾੜੀ ਨੀਤ ਪਾਈ ਗਈ ਇਸ ਬੱਚੇ ਦੀ ਸੌਰੀ ਸੌਰੀ ਮਾਜ਼ਰਤ ਤਮੀਜ਼ ਨਹੀਂ ਹੈ ਤੈਨੂੰ ਕਾਹ ਮੇਰੇ ਛੋਟੇ ਭਰਾ ਦਾ ਵੀ ਪਕਵਾਨ ਸੈਂਟਰ ਨਾਲ ਦੀ ਗਲੀ ਕੋ ਉੱਥੋਂ ਚੰਗਾ ਨਹੀਂ ਆ ਰਹੀ ਉਹ ਉਹ ਕੀ ਕਹਿ ਗਿਆ ਭਲਾ ਕੀ ਕਹਿ ਗਿਆ ਉਹ ਕਹਿ ਗਿਆ ਕਿ ਮੇਰੇ ਛੋਟੇ ਭਰਾ ਦੀ ਪਿੱਛੇ ਪਿਛਲੀ ਗਲੀ ਦੁਕਾਨਾਂ ਦਾ ਟੇਸਟ ਬਹੁਤ ਅੱਛਾ ਮੈਨੂੰ ਪਿਆਰ ਨਾਲ ਛੋਟਾ ਭਾਈ ਕਹਿੰਦਾ ਤੁਹਾਨੂੰ ਛੋਟਾ ਭਾਈ ਕਹਿ ਰਿਹਾ ਹਾਂਜੀ ਅੱਛਾ ਉਸ ਤੋਂ ਬਾਅਦ ਜਨਾਬ ਮਿੱਠੇ ਦੇ ਵਿੱਚ ਜਨਾਬ ਤੁਹਾਨੂੰ ਕਸਟਰਡ ਹਲਵਾ ਜਿਹੜਾ ਵਾ ਗਾਜਰ ਦਾ ਹਲਵਾ ਠੀਕ ਹੈ ਅੱਛਾ ਇਹ ਤੋਂ ਇਲਾਵਾ ਤੁਸੀਂ ਕੀ ਤਿਆਰ ਕਰ ਲੈਂਦੇ ਹੋ ਤੁਸੀਂ ਹੁਕਮ ਕਰੋ ਭਾਜੀ ਤੁਸੀਂ ਕੀ ਬਣਾਉਣਾ ਚਾਹੁੰਦੇ ਆਲੂ ਸ਼ੇਰ ਪਕਾ ਲੈਂਦੇ ਹੋ ਹਰਨ ਬੜੀਆਂ ਪਕਾ ਲੈਂਦੇ ਹੋ ਤੁਸੀਂ ਕਦੀ ਜ਼ਿੰਦਗੀ 'ਚ ਅੱਛਾ ਆਰਡਰ ਨਹੀਂ ਫੜਿਆ ਕਦੀ ਹਰਨ ਨਹੀਂ ਪਕਾਇਆ ਕਦੀ ਨਹੀਂ ਜੀ ਮੈਂ ਅੱਜ ਤੱਕ ਜਿੱਤਣ ਨਹੀਂ ਪਕਾਇਆ ਹਰਨ ਨਹੀਂ ਪਕਾਇਆ ਕਦੀ ਚਿੜੀਆ ਘਰ ਗਏ ਹਾਂਜੀ ਉੱਥੇ ਰਹਿ ਪੈਣਾ ਸੀ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਪੱਕ ਰਿਹਾ ਇਸ ਟਾਈਮ ਅਸੀਂ ਸਰਮਾਇਆਦਾਰ ਪਾਰਟੀਆਂ ਮੇਰੇ ਗੈਸਟ ਬੜੇ ਵੱਡੇ ਲੋਕ ਆ ਰਹੇ ਨੇ ਅੱਛਾ ਜੀ ਅੱਛਾ ਤੁਸੀਂ ਮਾਜ਼ਰਤ ਨਾਲ ਵਾਕਈ ਆਰਡਰ ਲਿਖਾਉਣ ਆਏ ਜਾਂ ਮੇਰੇ ਨਾਲ ਸ਼ੁਗਲ ਕਰਨ ਆਏ ਜੀ ਸ਼ੁਗਲ ਤੁਹਾਡਾ ਮੇਰਾ ਬਣਦਾ ਨਹੀਂ ਨਹੀਂ ਭਾਜੀ ਤੁਸੀਂ ਹਰਨ ਤੇ ਸ਼ੇਰ ਆਲੂ ਇਹ ਇਹ ਕਿਹੜੀ ਕਿਸੇ ਵੀ ਪਕਵਾਨ ਤੇ ਨਹੀਂ ਮਿਲਦਾ ਤੁਸੀਂ ਵੈਸੇ ਕੀ ਪਕਾਉਣਾ ਚਾਹੁੰਦੇ ਹੋ ਤੁਸੀਂ ਕਿੰਨਾ ਕੁ ਆਰਡਰ ਬਣਾਉਣਾ ਚਾਹੁੰਦੇ ਹੋ ਸਹੀ ਸਹੀ ਦੱਸੋ ਨਾ ਸਾਨੂੰ 800 ਬੰਦੇ ਨੂੰ ਕਿੰਨਾ ਨਾਨ ਲੱਗੇਗਾ 800 ਬੰਦੇ ਨੂੰ ਇਹ ਪਿੰਡੇ ਤੇ ਲਾਉਣਾ ਜਾਂ ਵੈਸੇ ਉਹਨਾਂ ਨੂੰ ਕਿ ਮਤਲਬ ਲਾਉਣਾ ਉਹਨਾਂ ਨੂੰ ਖਵਾਉਣਾ ਵਾ ਹਾਂ ਅੱਛਾ ਖਵਾਉਣਾ ਵਾ 800 ਬੰਦੇ ਨੂੰ ਤਕਰੀਬਨ ਇਹ ਲੱਗ ਜਾਏਗਾ 1400 ਨਾਨ
ਏਡੇ ਸ਼ੋਹਦੇ ਪ੍ਰਾਹੁਣੇ ਨਹੀਂ ਸਾਡੇ ਹੈਗੇ। ਅੱਛਾ ਜੀ, ਉਹ ਹਦਾਇਤ ਵਾਲੇ ਆ ਵੀ ਉਹਦਾ ਦਨਾਨ ਖਾਣ ਵਾਲੇ ਤੇ ਤੁਹਾਡੇ ਵਾਲਾ ਕੰਮ ਨਹੀਂ ਹੈਗਾ। ਭਾਜੀ ਤੁਸੀਂ, ਤੁਹਾਡਾ ਨਾਮ ਕੀ ਹੈ ਜੀ ਭਾਜੀ? ਉਹ ਕੀ ਗੱਲ, ਤੁਸੀਂ ਕੁਛ ਹੈ ਕਿਸ਼ਤਾਂ ਤੇ ਦੇਣੀ? ਨਹੀਂ ਨਹੀਂ, ਮੈਂ ਕਿਸ਼ਤਾਂ ਤੇ ਨਹੀਂ ਦੇਣੀ ਹੈਗੀ। ਕਿਸ਼ਤਾਂ ਵਾਲਾ ਤੁਹਾਡਾ ਮੂੰਹ ਨਹੀਂ ਹੈਗਾ, ਤੁਹਾਨੂੰ ਕੋਈ ਵੈਸੇ ਰਾਹ ਜਾਂਦੇ ਨੇ, ਕੋਈ ਸ਼ਾਇਦ ਵੀ ਕਿਸ਼ਤਾਂ ਤੇ ਕਿੱਦਾਂ ਦੇ ਦੇਣੀ। ਤੁਹਾਡਾ ਇਸਮੇ ਗ੍ਰਾਮੀ ਕੀ ਹੈ ਮੈਨੂੰ ਦੱਸੋ। ਵੈਸੇ ਬਹੁਤ ਗ੍ਰਾਮੀ ਚੱਲ ਰਹੀ ਆ, ਦੇਖੋ ਕਿੰਨਾ ਕਿੰਨਾ ਪਸੀਨਾ ਆਇਆ। ਮੇਰੀ ਗੱਲ ਸੁਣੋ, ਇਸਮੇ ਗ੍ਰਾਮੀ ਤੋਂ ਮੁਰਾਦ ਤੁਹਾਡਾ ਨਾਮ, ਵਟਸ ਯੋਰ ਗੁੱਡ ਨੇਮ? ਅਲੀ ਜਾਨ। ਅਲੀਜਾਨ, ਅਲੀਜਾਨ ਭਾਜੀ ਤੁਸੀਂ ਕੀ ਕਰਵਾਉਣਾ ਚਾਹੁੰਦੇ, ਕੀ ਬਣਵਾਉਣਾ ਚਾਹੁੰਦੇ ਹੋ? ਮੈਂ ਭਾਈ ਨੇ ਇੱਕ ਮਕਾਨ ਬਣਾਉਣਾ ਚਾਹੁੰਦਾ। ਅੱਛਾ, ਫਿਰ ਉਹਨੂੰ ਸਫੈਦੀ ਕਰਾਉਣਾ ਚਾਹੁੰਦਾ, ਕਰ ਲਓਗੇ ਤੁਸੀਂ? ਮੈਂ ਤੁਹਾਡੇ ਕੋਲ ਆਰਡਰ ਲੈ ਕੇ ਆਇਆ ਵੀ ਤੁਸੀਂ ਮੇਰੇ ਰੋਟੀ ਤਿਆਰ ਕਰੋ। ਤੁਸੀਂ ਮੇਰੇ ਕਾਰੀਗਰ ਨੂੰ ਵੇਖ ਕੇ ਨਾ ਲੱਗਦਾ ਤੁਸੀਂ ਸੀਮਟ ਬਜਰੀ ਘੋਲਣ ਵਾਲੀ ਮਸ਼ੀਨ ਸਮਝ ਲਿਆ, ਉਹ ਨਹੀਂ ਹੈਗਾ ਭਾਜੀ। ਤੁਸੀਂ ਪਕਵਾਨ ਸੈਂਟਰ ਤੇ ਆਏ ਹੋ, ਤੁਹਾਡਾ ਕਸਟਮਰ ਆਪਣਾ ਕੀ ਆ, ਕੌਣ ਮਹਿਮਾਨ ਕੌਣ ਨੇ ਤੁਹਾਡੇ, ਕੀ ਬਣਾਉਣਾ ਤੁਸੀਂ? ਕਸਟਰਡ ਕਿੱਦਾਂ ਤਿਆਰ ਕਰਦੇ ਆ ਤੁਸੀਂ? ਏਦਾਂ ਉਹਦੇ ਵਿੱਚ ਕੀ ਕੀ ਚੀਜ਼ਾਂ ਪਾਉਂਦੇ ਆ? ਓਏ ਓ ਲੱਡੂ ਲਤੀਫ ਯਾਰ, ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਸਿੱਧਾ ਨਾ ਲਿਆ ਕਰ, ਤੀਫਾ ਕਿਹਾ ਕਰ। ਯਾਰ ਤੂੰ ਆ, ਤੈਨੂੰ ਪਤਾ ਵੀ ਸੀ ਆ, ਤਾਈ ਤੇਰੀ ਨੇ ਕਿਹਾ ਸੀ ਘਰ ਮੱਜੀ ਦਾ ਪਾਵਾ ਬਣਾਉਣਾ, ਤੂੰ ਆ ਲੱਕੜ ਨਾ ਲਾ। ਓ ਯਾਰ ਹਨਾ, ਉਹ ਅੱਗ ਥੁੜ ਗਈ ਸੀ ਕਿਤੇ, ਉਹ ਕਹਿੰਦੇ ਹਨਾ ਲੱਕੜ ਪਾ ਵਿੱਚ। ਸ਼ਾਹ ਸਾਹਿਬ ਦੇਗ ਦੇ ਵਿੱਚ ਪਾਤੀ, ਤੁਹਾਡਾ ਕਾਰੀਗਰ ਮਸਵਾਕ ਕਰਦਾ ਹੀ ਆ ਗਿਆ ਇਹਨੂੰ। ਮਸਵਾਕ ਭਾਜੀ ਕੈਸੀ, ਤੁਸੀਂ ਮਕਵਾਸ ਕਰਨ ਡੇ ਹੋ। ਅੱਛਾ ਮੇਰੀ ਗੱਲ ਸੁਣ ਲੱਡੂ, ਉਹ ਕੀ ਪੈਂਦਾ ਯਾਰ ਦਰਜੇ ਦੇ ਵਿੱਚ ਜਿਹੜਾ ਪਾਈਦਾ? ਗੋਲ ਗੋਲ ਬੰਟ ਹੈ ਉਹ ਯਾਰ, ਉਹ ਜਿਹੜਾ ਵਿੱਚ ਪਾਈਦਾ ਮਿੱਠਾ ਹੁੰਦਾ ਵਾ, ਮਿੱਠਾ ਹੁੰਦਾ ਵਾ ਕਸਟਮਰ ਬੇਰ ਬੇਰ ਉਹ ਕਸਟਰ ਚ ਕੀ ਪੈਂਦਾ ਵਾ ਜਿਹੜਾ ਗੋਲ ਗੋਲ ਹੁੰਦਾ ਵਾ? ਦਵਾਣਾ ਦਵਾਣਾ, ਤਰਬੂਜ, ਖਰਬੂਜ਼ਾ, ਕੇਲਾ, ਆਲੂ, ਮਾਲਟਾ। ਇਹ ਤੁਹਾਡਾ ਕਾਰੀਗਰ ਕਿਤੇ ਸਬਜ਼ੀ ਮੰਡੀ ਬੰਨਿਆ ਰਿਹਾ 20 ਸਾਲ, ਸਾਰੀਆਂ ਮੰਡੀਆਂ ਵਾਲੀਆਂ ਅੱਠਵਾਂ ਦੱਸੀ ਜਾਂਦਾ। ਤੁਹਾਡੀ ਜਿਹੜੀ ਨਾ ਆਹ ਜਿਹੜੀ ਮੈਂ ਮੰਡੀ ਭੰਨ ਦੇਣੀ ਆ ਜਿਹੜੀ ਇੰਨੀ ਕੁ ਵਾਰ, ਇੱਕ ਮਿੰਟ ਸਿਰ ਮੈਂ ਸਬਰ ਕਰ ਲਓ। ਜੋ ਕਹਿਣਾ ਚਾਹੁੰਦੇ ਆ ਮੈਂ ਤੇਰਾ ਮੂੰਹ ਭੰਨ ਦੇਣਾ ਆਹੀ ਮਾਰ ਕੇ। ਓ ਯਾਰ ਉਹਦੇ ਚ ਜਿਹੜਾ ਪੈਂਦਾ ਵਾ ਉਹ ਕਿਉਂ ਲੱਡੂ? ਆ ਵੇਖਿਆ ਨਾ, ਬਗਾਰਤੀ ਕਰਨ ਡਿਆ ਨਾ ਤੂੰ? ਮੈਨੂੰ ਮਾਫ ਕਰ ਦੀ, ਮੈਨੂੰ ਚਗਲਾ ਮਾਰਨ ਡਏ ਹੋ ਤੁਸੀਂ? ਮੇਰਾ ਭਰਾ ਵਾ ਮੇਰਾ। ਹਾਂ ਮਿਲ ਲਓ। ਅੱਛਾ ਜੀ, ਤੁਸੀਂ ਆਰਡਰ ਕੀ ਬਣਵਾਉਣਾ ਜੀ? 4 ਕਸਟਰਡ ਦੀਆਂ ਦੇਗਾ ਜੀ। ਅੱਛਾ ਜੀ, 21 ਦੇਗਾ ਕੋਰਮੇ ਦੀਆਂ ਜੀ। 4 ਕਸਟਰਡ, 21 ਦੇਗਾ ਕੋਰਮੇ ਦੀਆਂ, 21 ਕੋਰਮੇ ਦੀਆਂ, ਚਿਕਨ ਬਟਰਫਲਾਈ 9, ਚਿਕਨ ਬਟਰਫਲਾਈ 9, ਤੇ ਬਿਰਿਆਨੀ ਲਿਖ ਲਓ 9 ਦੇਗਾ, ਬਿਰਿਆਨੀ 9, ਫਿਰਨੀ ਦੀਆਂ 7 ਲਿਖ ਲਓ, 7। ਇੱਕ ਮਿੰਟ ਠਹਿਰ ਜਾਓ, ਇਹ ਮਤਲਬ 1.5-2 ਸਾਲ ਬਾਅਦ ਵਾ ਸ਼ਾਦੀ। ਅੱਛਾ ਜੀ, ਅਲੀ ਜਾਨ ਸਾਹਿਬ, ਅਲੀ ਜਾਨ ਕੱਢ ਲਈ ਵੇ ਬਈ, ਸੋਰੀ ਅਲੀ ਜਾਨ ਭਾਈ, ਐਡਰੈਸ ਮੇਰਾ ਲਿਖ ਲਓ, Z ਬਲਾਕ, Z ਬਲਾਕ, 216 216 ਜੀ। ਅੱਛਾ, ਤੁਸੀਂ ਕਿੰਨੇ ਕਿਲੋ ਦੀ ਦੇਗ ਤਿਆਰ ਕਰਦੇ ਹੋ ਭਾਜੀ? ਇਹ ਤੇ ਕਸਟਮਰ ਦੀ ਮਰਜ਼ੀ ਹੈ, ਜਿੰਨੀ ਦੀ ਤੁਸੀਂ ਕਹੋਗੇ ਉਨੀ ਦੇਗ ਤਿਆਰ ਹੋ ਜਾਏਗੀ। ਤੁਸੀਂ 2 ਦੇਗਾ ਅੱਧਾ ਅੱਧਾ ਕਿਲੋ ਦੀਆਂ ਪਕਾ ਦਿਓ। ਪਤਾ ਕਿਉਂ ਮੈਂ ਕਹਿ ਰਿਹਾ? ਕਿਉਂਕਿ ਮੇਰੇ ਗੈਸਟ ਬਹੁਤ ਵੱਡੇ ਆ ਰਹੇ ਨੇ, ਅੱਧਾ ਅੱਧਾ ਕਿਲੋ ਦੀਆਂ 2 ਦੇਗਾਂ, ਗੈਸਟ ਜਿਹੜੇ ਵੱਡੇ ਆ ਰਹੇ ਜੀ। ਜੀ, ਚੂਚੇ ਸੱਦੇ ਆ ਕਿਤੇ ਵਿਆਹ ਵਿਊ ਤੇ? ਤੁਸੀਂ ਮੇਰੇ ਮਹਿਮਾਨਾਂ ਨੂੰ ਇਸ ਤਰ੍ਹਾਂ ਨਾ ਕਹੋ, ਬਹੁਤ ਵੱਡੇ ਗੈਸਟ ਆਏ ਨੇ। ਨਹੀਂ ਵੀ ਕਿਹੜੇ ਮਤਲਬ, ਆ ਸਮਾਨ ਲਿਖ ਓਏ, ਉਹ ਤੀਫੇ ਸਮਾਨ ਲਿਖ, ਆ ਲਿਖ 1.5 ਤੋਲਾ ਦਹੀਂ, ਆ 1.5 ਛਟਾਂਗ ਪਾਣੀ ਪਾ ਕੇ, 1 ਲੌਂਗ ਪਾ ਕੇ ਇਹਨਾਂ ਦੀ ਦੇਗ ਤਿਆਰ ਕਰ। ਬਹੁਤ ਸੋਹਣੀ ਗੱਲ ਕੀਤੀ ਆ ਵੈਸੇ, ਮਾਸ਼ਾਅੱਲਾ। ਅੱਧਾ ਅੱਧਾ ਕਿਲੋ ਦੀ ਤੁਸੀਂ ਜਿਹੜੀ ਉਹ ਦੇਗਾ ਪਕਾਉਣੀ ਆ? ਤੁਸੀਂ ਪੈਸੇ ਲੈਣੇ ਆ? ਮਾਸ਼ਾਅੱਲਾ ਕੈਸੀ ਤੁਹਾਡੀ ਕਟਿੰਗ ਆ, ਤੁਸੀਂ ਤਿਆਰੀ ਤੇ ਇੰਜ ਕਰਕੇ ਆਏ ਸੀ ਕਿ ਤੁਸੀਂ ਮਾਸ਼ਾਅੱਲਾ ਜ਼ੈਡ ਬਲਾਕ ਵੀ ਤੁਸੀਂ ਇੰਜ ਲਿਖਾਇਆ, ਮਾਸ਼ਾਅੱਲਾ, ਵਾਹ ਵਾਹ ਵਾਹ, ਸਦਕੇ ਸੁਭਾਨ ਅੱਲਾ। ਇਹ ਐਨਕ ਲਾ ਕੇ ਸਰੀਆ ਵੀ ਕੱਟ ਲੈਂਦੇ ਹੋਣੇ ਤੁਸੀਂ, ਹਨਾ? ਤੁਹਾਡੀ ਮੈਂ ਸ਼ਾਰਕ ਵੀ ਕੱਟ ਸਕਦਾ, ਤੁਸੀਂ ਬਦਤਮੀਜ਼ੀ ਕਰ। ਤੁਸੀਂ ਮੇਰੀ ਹੁਣ ਗੱਲ ਕੱਟੀ ਨਾ ਤੇ ਮੈਂ ਤੁਹਾਨੂੰ ਦੱਸਦਾ, ਬੋਤਲ ਛੱਡ। ਅੱਧਾ ਅੱਧਾ ਕਿਲੋ ਦੀਆਂ ਤੂੰ ਦੇਗਾ ਪਕਵਾਉਣ ਆ ਗਿਆ, ਸ਼ਰਮ ਹਜ਼ਾਰ ਨਹੀਂ ਆਉਂਦੀ। ਆਹ ਜਿਹੜਾ ਇੰਨਾ ਕੁਛ ਅਸੀਂ ਲਾ ਕੇ ਬੈਠੇ ਆ, ਆਹ ਦੇਗਾ ਅਸੀਂ ਵੈਸੇ ਮਤਲਬ ਧੌਣਾ ਲਾ ਕੇ ਰੱਖੀਆਂ ਲੋਕਾਂ ਦੀਆਂ। ਅੱਛਾ, ਇਸ ਇਲਾਕੇ ਚੋਂ ਇੱਟਾਂ ਮੁੱਕ ਗਈਆਂ ਪੂਰੀ ਕੰਧ ਦੇਗਾਂ ਦੀ ਕੀਤੀ ਆ? ਦੇਗਾਂ ਦੀ ਕੀਤੀ ਆ, ਦੇਗਾਂ ਦਾ ਰਾਜਾ ਤੂੰ ਬਣ ਗਿਆ ਵਾ ਨਾ, ਤੇ ਸ਼ੁਕਰ ਕਰ, ਤੂੰ ਅੱਧਾ ਅੱਧਾ ਕਿਲੋ ਦੀਆਂ ਦੇਗਾਂ ਸਾਡੇ ਨਾਲ ਤੂੰ ਸ਼ੁਗਲ ਕਰਨ ਆ ਗਿਆ। ਉਹ ਵਿੱਚ ਲੱਛੇ ਸਾਰੇ ਦੇਖ ਖਰਾਬ ਹੋ ਗਈ, ਰੱਬ ਦੀ ਸਾਂ ਜਿਹੜੀ ਦੇਖ ਖਰਾਬ ਹੋਈ ਹੈ। ਮੈਂ ਘਰ ਲੈ ਜਾਵਾਂ, ਮੇਰੇ ਬੱਚੇ ਖਾ ਜਾਣਗੇ, ਚੱਲ ਯਾਰ ਦੁਆਵਾਂ ਦਊਂਗੇ। ਤਕਰੀਬਨ 1 ਮਹੀਨੇ 'ਚ 30 ਦਿਨ ਹੁੰਦੇ ਤੇ 38 ਦੇਗਾਂ ਤੂੰ ਖਰਾਬ ਕਰਨਾ ਵਾ, ਤੇ ਬਾਕੀ 2 ਸਹੀ ਵੀ ਤਾਂ ਪਕਾਉਣਾ ਵਾ ਯਾਰ। ਚਲੇ ਜਾ ਲਤੀਫਿਆ, ਮੈਂ ਫਿਰ ਤੇਰਾ ਉਹਨੂੰ ਦੱਸ ਦਿੱਤਾ ਨਾ ਤੇ ਉਹਨੇ ਗਲੀ ਗਲੀ ਭੰਡਣਾ ਤੈਨੂੰ। ਨਹੀਂ ਭੰਡ, ਓਏ ਓਏ, ਡਰ ਗਿਆ ਡਰ ਗਿਆ ਡਰ ਗਿਆ। ਦੇਗਾਂ ਪੱਕ ਗਈਆਂ, 2 ਖਰਾਬ ਹੋ ਗਈਆਂ, ਬਾਕੀ ਸਾਰੀਆਂ ਪੱਕ ਗਈਆਂ। ਉਹ ਗੱਲ ਸੁਣ, ਹਾਂ ਜ਼ੀਰਾ ਵੀ ਨਾ ਭੁੱਲੀ ਤੇ ਮੇਰਾ ਵੀਰ ਨਾਲ ਗਿਲੂ ਵੀ ਨਾ ਭੁੱਲੀ। ਠੀਕ ਆ। ਅੱਛਾ, ਜ਼ੀਰਾ ਵੀ ਨਾ ਭੁੱਲੀ ਤੇ ਬਲੇਡ ਵੀ ਨਾ ਭੁੱਲੀ। ਉਹਨੂੰ ਜਾਣ ਦੇ ਕੰਮ, ਕੈਸਾ ਤੂੰ ਆ ਗਿਆ, ਅੱਧਾ ਕਿਲੋ ਦੇ ਦੇਖ।
ਐਸਾ ਕਲਾਣਾ ਕਸਟਮਰ ਆ, ਇੱਕ ਕਤਰਾ ਤੱਕ ਨਹੀਂ ਛੱਡਿਆ ਹੈਗਾ ਬੋਤਲ ਦਾ। ਭਾਈ ਹੰਗਾਲ ਪੀ ਲਓ, ਵਿੱਚ ਪਾਣੀ ਪਾ ਗਿਆ ਕਰਕੇ ਤੇ ਸੁੱਟ ਜਾਓ। ਦੇਖਦਾ ਵੀ ਹੰਗਾਲ ਹੀ ਵੰਡਦੀ ਫਿਰ ਆਪਣੇ ਪਰਾਹੁਣਿਆਂ ਨੂੰ। ਕੈਸਾ ਕਸਟਮਰ ਆਇਆ ਵਾ ਯਾਰ, ਤੁਸੀਂ ਕੈਸੇ ਕੈਸੇ ਬੰਦੇ ਰੱਖੇ ਆ ਕੰਮ ਲਈ। ਜ਼ਿੰਦਗੀ 'ਚ ਤਾਂ ਲੱਗਦਾ ਕੋਈ ਅੱਛਾ ਆਰਡਰ ਨਹੀਂ ਪਕਾਇਆ। ਮੈਂ ਤੇਰੇ ਤੋਂ ਅੱਛਾ ਕਦੇ ਲੱਭਿਆ ਹੀ ਨਹੀਂ ਮੈਨੂੰ। 1.5 ਕਿਲੋ ਮੇਰਾ ਖਿਆਲ ਪਤਾ ਨਹੀਂ ਬਣਦਾ ਹੀ, 1.25 ਕਿਲੋ ਸਾਰਾ ਤੇਰਾ ਆਰਡਰ ਬਣਦਾ ਵਾ ਦੇਗ ਪਾ ਕੇ। ਤੇ ਜਿਹੜੇ ਜਿਹੜੇ ਕਸਟਮਰ ਨੇ, ਜਿਹੜੇ ਤੇਰੇ ਮਹਿਮਾਨ ਹੈ, ਗੈਸਟ ਆ ਰਹੇ ਨੇ ਮੇਰੇ, ਉਹ ਤੇਰੇ ਰਿਸ਼ਤੇਦਾਰ ਨੇ ਜੀ, ਇਹ ਟਿੱਡੀਆਂ ਨਾਲ ਰਿਸ਼ਤੇਦਾਰੀ ਕੀਤੀ ਹੈ ਤੂੰ। ਕੈਸਾ ਤੂੰ ਭਾਈ ਆ, ਮੇਰੇ ਬੜੇ ਵੱਡੇ ਗੈਸਟ ਆ ਰਹੇ ਨੇ। ਫੇਰ ਆ ਗਿਆ ਤੂੰ, ਕਿੱਥੋਂ ਆਇਆ? ਓ ਲਾਲਾ, ਓ ਵੈਰੀਆਂ ਨੇ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਜੀ। ਓਏ ਉਹਨੇ ਬਾਲਣ ਤੇ ਵੀ ਕਰ ਲਿਆ, ਗਾਂ ਉੱਧਰ ਤੇ ਦਫਾ ਆਇਆ ਕਿੱਥੋਂ ਤੂੰ? ਓਏ ਉਹਨਾਂ ਨੂੰ ਮੈਂ ਚੋਲ ਦੇ ਕੇ ਆਇਆ, ਜ਼ਰਾ ਸਿਰਫ ਘਰ ਇੱਕ ਮਿੰਟ ਚ ਵਿੱਚ ਜਾਣਾ ਤੇ ਮਿੰਟ ਚ ਜਾਣਾ। ਓ ਗੱਲ ਤੇ ਸੁਣ ਲੈ, ਓਏ ਮੇਰੇ ਗੱਲ ਤੇ ਸੁਣ ਲੈ, ਮੇਰੇ ਸਮਾਨ ਦਾ ਕੀ ਕੀਤਾ ਦੁਰ ਫਟਾ ਮੂੰ ਤੇਰਾ। ਯਾਰ ਤੁਸੀਂ ਕੈਸੇ ਕੈਸੇ ਬੰਦੇ ਰੱਖੇ ਹੋ। ਅੱਛਾ ਤੁਹਾਡੇ ਕੋਲ ਚਾਵਲ ਕਿਹੜੇ ਹੁੰਦੇ ਆ? ਚਾਵਲ ਮੇਰੇ ਕੋਲ ਕਰਨਲ ਦੇ। ਤਾਂ ਬ੍ਰਿਗੇਡੀਅਰ ਦੇ ਨਹੀਂ ਹੁੰਦੇ? ਵੀ ਕੈਸਾ ਤੂੰ ਬਸੀਠ ਜਿਹਾ, ਮੈਨੂੰ ਅਤਾਈ ਜਿਹਾ ਤੂੰ ਨਾ ਕਸਟਮਰ ਲੱਗਣ ਡਿਆ। ਮੇਰੇ ਕੋਲ ਕਰਨਲ ਵਾਲਿਆਂ ਦੇ ਵੀ, ਜਰਨਲ ਵਾਲਿਆਂ ਦੇ, ਨੈਬ ਕਾਸਤ ਦੇ ਵੀ ਚਾਵਲ ਹੈ, ਉਹ ਚਾਹੀਦੇ? ਅੱਛਾ ਸ਼ਾਹ ਸਾਹਿਬ, ਮੈਨੂੰ ਦੱਸੋ ਮਟਨ ਕੁੰਨਾ ਕਿੱਦਾਂ ਤਿਆਰ ਕਰਦੇ ਹੋ ਤੁਸੀਂ? ਮੇਰੇ ਕੋਲ ਮਟਨ ਕਸੁੰਨਾ ਬਹੁਤ ਬੁਰਾ ਤਿਆਰ ਆ, ਮੈਂ ਉਹ ਮਾਰ ਦੇਣਾ ਵਾ, ਉੱਠ ਕੇ ਦਿਖਾਓ ਜੀ ਅੱਜ ਤੋਂ। ਮੈਂ ਤੈਨੂੰ ਕਹਿਤਾ ਹੀ, ਤੁਹਾਨੂੰ ਪਤਾ ਕਿੱਦਾਂ ਤਿਆਰ ਕਰੀਦਾ? ਕਿੱਦਾਂ ਤਿਆਰ ਕਰੀਦਾ? ਸੌਰੀ, ਮਾਈ ਮਿਸਟੇਕ। ਓਏ ਮੈਨੂੰ ਮਾਫੀ ਦੇ ਦਿਓ, ਕੁੱਦੂ ਟੈਪ ਆ ਦੇਖ। ਇੰਨੀ ਕੀ ਗੱਲ ਸੀ? ਲੈ ਤੂੰ ਗਵਾਹ ਵਾ, ਜੇ ਮੇਰੀ ਸ਼ਹਾਦਤ ਹੋ ਗਈ ਨਾ ਤੇ ਇਹਦੇ ਨਾਂ ਪਾ ਦੇਵੀ, ਇਹਨੂੰ ਅੰਦਰ ਕਰਾਉਣਾ ਹੀ ਤੇਰੀ ਮਿਹਰਬਾਨੀ। ਤੇਰੇ ਲਈ ਇੱਕ ਅੱਛੀ ਖਬਰ ਆ। ਉਹ ਸੁਣ ਲੈ ਬੰਦਾ, ਤੇ ਮਾੜਾ ਹੀ ਆ, ਖਬਰ ਅੱਛੀ ਲੈ ਕੇ ਆਇਆ ਸਰਾ ਦੇ। ਉਹ ਜਿਹੜੀ ਤੇਰੀ ਗੱਡੀ ਨਹੀਂ ਸੀ, ਜਿਹੜੀ ਖਰਾਬ ਹੀ ਰਹਿੰਦੀ ਸੀ, ਜਿਹੜੀ ਮੈਂ ਲੈ ਕੇ ਗਿਆ ਸੀ, ਉਹ ਦੁਸ਼ਮਣਾਂ ਨੇ ਖੋ ਲਈ, ਉਹ ਤੇ ਸਾਈਕਲ ਦੇ ਦਿੱਤੀ। ਉਹ ਬਾਬਾ, ਇਹਨੂੰ ਕੜਛਾ ਕਿੱਥੇ? ਜਿੱਧਰ ਗਈਆਂ ਗੱਡੀਆਂ ਉੱਧਰ ਗਏ ਕੜਛੇ। ਮੈਨੂੰ ਸਾਰਾ ਦੁੱਖ ਜਿਹੜਾ ਨਾ ਕੜਛੇ ਦਾ, ਗੱਡੀ ਤੇ ਸ਼ੋਰੂਮ ਤੋਂ ਲੱਭ ਜਾਣੀ, ਕੜਛਾ ਨਹੀਂ ਲੱਭਣਾ ਸ਼ੋਰੂਮ ਤੋਂ। ਅੱਜ ਮੈਂ ਬੁੱਢਾ ਹੋ ਗਿਆ, ਉਹ ਮੇਰੇ ਦਾਦੇ ਦਾ ਦਿੱਤਾ ਹੋਇਆ ਕੜਛਾ ਹੀ ਗਵਾ ਦਿੱਤਾ ਇਸ ਨਾਲ। ਨਖਲਾਨਤ ਲੱਡੂ, ਜਿਹੜੀ ਮੋਟਰਸਾਈਕਲ ਗਵਾਈ, ਉਹਦੀਆਂ ਕਿਸ਼ਤਾਂ ਵੀ ਸ਼ਾਰਟ ਸੀ, ਉਹਨੂੰ ਦੋ ਵਾਰੀ ਫੜੀਆਂ, ਸ਼ਾਰਟ ਸੀ ਉਹ। ਅੱਛਾ ਚੱਲ ਹੁਣ ਖੈਰ ਆ, ਹੁਣ ਉਹ ਯਾਰ ਪਰੇ ਹੋਇਆ ਯਾਰ, ਮੈਨੂੰ ਜਲਦੀ ਆ, ਮੈਂ ਦੇਗ ਪਕਾਣੀ ਆ ਜਾ ਕੇ। ਯਾਰ ਮੇਰਾ ਕੀ ਛੱਡਿਆ ਇਹਨੇ ਮੇਰੇ ਪੱਲੇ? ਸ਼ਾਹ ਸਾਹਿਬ ਬਾਜੋ, ਕਾਰੀਗਰ ਵੀ ਦੇਖਾਂਗੇ, ਤੁਸੀਂ ਅਫਸੋਸ ਕਰੋ ਤੇ ਮੈਂ ਤੁਹਾਡੇ ਕਾਰੀਗਰ ਕੋ ਹੋ ਕੇ ਆਇਆ। ਭਾਈ ਆ ਕਰ ਰਿਹਾ ਤੂੰ? ਮੈਂ ਲੂਣ ਮਿਰਚ ਚੈੱਕ ਕਰਨ ਗਿਆ ਸੀ। ਉਹ ਦੇਖ ਦੇ ਅੰਦਰ ਵੜ ਕੇ ਤੂੰ ਚੈੱਕ ਕਰਦਾ ਲੂਣ ਮਿਰਚ? ਇੰਜ ਹੀ ਕਰਦੇ ਸਾਰੇ, ਇੰਜ ਕਰਦੇ ਜਿਹੜੇ ਪ੍ਰੋਫੈਸ਼ਨਲ। ਓਏ ਨਾ ਕਰ, ਤੂੰ ਆਪਣੇ ਕਾਰੀਗਰ ਨੂੰ ਮਾਰੀ ਜਾਂਦਾ। ਅੱਛਾ ਦੀਪ, ਮੈਨੂੰ ਇਹ ਦੱਸ ਤੂੰ ਕੀ ਤਿਆਰ ਕਰ ਲੈਣਾ? ਜੋ ਕਵੇਂਗਾ ਮੈਂ ਉਹੀ ਤਿਆਰ ਕਰ ਲੈਣਾ, ਜੋ ਕਹਿਣਾ ਮੈਂ ਉਹੀ ਤਿਆਰ ਕਰ ਲੈਣਾ। ਸਭ ਕੁਛ ਤਿਆਰ ਕਰ ਲੈਣਾ ਤੂੰ? ਹਾਂ, ਦੁਲਹਾ ਤਿਆਰ ਕਰ ਲੇਗਾ? ਨਹੀਂ। ਅੱਛਾ ਮੈਨੂੰ ਦੱਸ, ਇਕੱਲੇ ਇਕੱਲੇ ਚਾਵਲ ਅਗਰ ਪਕਾਉਣੇ ਹੁਣ ਤਾਂ ਲੰਬੇ ਲੰਬੇ, ਹੁਣ ਕਿੱਦਾਂ ਪਕਾਉਣਾ ਤੂੰ? ਭਾਜੀ ਇਕੱਲੇ ਇਕੱਲੇ ਚਾਵਲ ਨਹੀਂ ਬਣਨੇ ਮੇਰੇ ਕੋ। ਕਿਉਂ? ਮੇਰੇ ਨਾਲ ਬਣਦੀ ਨਹੀਂ ਉਹਨਾਂ ਦੀ ਉਹ ਗੱਲ। ਪਹਿਲੇ ਭਾਈ ਇਕੱਲੇ ਇਕੱਲੇ ਅੱਲਾ ਰਹਿਮ ਕਰੇ, ਮੈਂ ਤੇ ਇੱਕ ਦੋ ਕਿਹਾ ਇਕੱਲਾ ਇਕੱਲਾ ਆਓ, ਆ ਗਏ ਫਿਰ ਕਿੰਨੇ ਜਣੇ ਸੀਗੇ, ਹੁਣ ਕਿੰਨੇ ਨੂੰ ਸਾਂਭਣਾ ਮੈਂ? ਦੀਫੇ, ਇਹ ਜਿਹੜਾ ਗਾਹਕ ਆ ਨਾ, ਹਾਂ ਤੋਕ ਦਾ ਲੱਗਦਾ, ਖਾਨਦਾਨ ਨਹੀਂ ਲੱਗਦਾ। ਹਾਂਜੀ, ਇਹ 1/2 ਕਿਲੋ ਦੇਗ ਵਾਲਾ ਗਾਹਕ ਆ, ਤੇਰੀ ਟਿੰਡ ਜਿਹੜੀ ਨਾ ਛਟਾਂਗ ਵੀ ਨਹੀਂ ਭਰਨੀ। ਅੱਛਾ, ਹਾਂ ਠੀਕ ਹੈ ਭਾਈ। ਦੀਫੇ ਆ, ਉਹ ਤੂੰ ਮੈਨੂੰ ਇਹ ਦੱਸ, ਉਹਦੀ ਛੱਡ, ਤੂੰ ਕੋਰਮਾ ਕਿੱਦਾਂ ਤਿਆਰ ਕਰਨਾ ਅਗਰ ਕੋਰਮਾ ਤਿਆਰ ਕਰਾਉਣਾ ਹੋਵੇ? ਕੋਰਮਾ ਕੀ ਹੁੰਦਾ? ਕੋਰਮਾ ਪਿਓ ਮਾਰ ਕੇ ਜਿਹੜਾ ਬਣਾਈਦਾ ਨਾ, ਉਹ ਕੋਰਮਾ ਹੁੰਦਾ ਜੀ। ਅੱਛਾ ਅੱਛਾ, ਜਿਹਨੂੰ ਕੋਣ ਪਿਆ ਹੋਵੇ ਉਹ। ਹਾਂ, ਤੁਹਾਡੀ ਦੁਕਾਨ ਦਾ ਮੈਂ ਨਾਮ ਬਹੁਤ ਸੁਣਿਆ ਵੀ ਮੋਬਾਈਲ ਪਕਵਾਨ ਵਾਲਿਆਂ ਦਾ ਬਹੁਤ ਰਿਜ਼ਲਟ ਅੱਛਾ ਵਾ। ਹਾਂਜੀ, ਨਹੀਂ ਤੂੰ ਅੱਗੇ ਚਲੇ ਜਾ, ਲੈਪਟਾਪ ਪਕਵਾਨ ਵਾਲੇ ਕੋਲ ਚਲੇ ਜਾ। ਅੱਛਾ ਹੋ ਜਾ ਕਿਤੇ। ਤੁਹਾਡੀ ਦੁਕਾਨ ਦਾ ਨਾਮ ਮੋਬਾਈਲ ਪਕਵਾਨ ਆ? ਹਾਂਜੀ। ਤੇ ਸਿਮਾਂ ਸੁਮਾਂ ਵੀ ਰੱਖੀਆਂ ਤੁਸੀਂ? ਹਾਂਜੀ, ਸਿਮਾਂ ਵੀ ਰੱਖੀਆਂ, ਈਜ਼ੀ ਬੈਰ ਲੋਡ ਵੀ ਕਰ ਦਿਆਂਗਾ ਤੈਨੂੰ। ਜਾ ਚੱਲ ਜਾ, ਮੇਰਾ ਅੱਗੇ ਖੜਛਾ ਗਵਾਤਾ ਉਹਨੇ। ਅੱਲਾ, ਤੈਨੂੰ ਕਹਿੰਦਾ ਖੜਛਾ ਗਵਾਚ ਗਿਆ ਜੀ। ਜਾ ਯਾਰ ਕੰਮ ਕਰ, ਚੱਲ ਜਾ, ਅਸੀਂ ਅਸੀਂ ਪਕਾਉਂਦੇ ਨਹੀਂ। ਉਹ ਮੈਂ ਕੰਮ ਕਰਦਾ, ਤੁਸੀਂ ਵੀ ਕੰਮ ਕਰੋ, ਤੁਸੀਂ ਵਿਹਲੇ ਖਲੋਤੇ ਆ। ਤੈਨੂੰ ਸਮਝ ਨਹੀਂ ਆਉਂਦੀ? ਮੈਂ ਕਹਿੰਦਾ ਨਹੀਂ, ਆਦਾ ਯਾਰ ਨਾ ਮਾਰ।